ਅਨਸਰ ਨੇ ਇਹਨਾਂ ਨੂੰ ਸਰਕਾਰ ਨੂੰ ਠੱਲ ਪਾਉਣੀ ਚਾਹੀਦੀ ਹੈ। ਇੱਕ ਪਾਸੇ ਤਾਂ ਆਪਾਂ ਹਰੇਕ ਥਾਂ ਪ੍ਰਚਾਰ ਕਰਦੇ ਹਾਂ ਵੀ ਬੇਟੀ ਬਚਾਓ ਬੇਟੀ ਪੜ੍ਹਾਓ, ਇੱਕ ਪਾਸੇ ਬੇਟੀਆਂ ਨਾਲ ਇਹੋ ਜਿਹਾ ਅਨਿਆ ਹੁੰਦਾ ਹੈ। ਉਹਨਾਂ ਨੂੰ ਜ਼ਰੂਰ ਸਰਕਾਰ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਜੇ ਬੇਟੀਆਂ ਸੁਰੱਖਿਅਤ ਨਹੀਂ ਹੈਗੀਆਂ ਤਾਂ ਬੇਟੀ ਦੀ ਜਾਣ ਮਤਲਬ ਜਿਹੜੀਆਂ ਆਉਣ ਵਾਲੀਆਂ ਨੰਨੀਆਂ ਮੁੰਨੀਆਂ ਨੇ ਉਹਨਾਂ ਨੂੰ ਕੌਣ ਸੁਰੱਖਿਅਤ ਰੱਖੂਗਾ ਜੇ ਵੱਡੀਆਂ ਬੇਟੀਆਂ ਨਹੀਂ ਉਹ ਹੈਗੀਆਂ ਸੁਰੱਖਿਅਤ? ਅੱਜ ਤਾਂ ਇਹ ਸਾਰੇ ਪਿੰਡ ਵੱਲੋਂ ਅਸੀਂ ਇਹ ਮੰਗ ਕਰਦੇ ਹਾਂ ਜਿੰਨੇ ਵੀ ਹੈਗੇ ਲੋਕ ਵੀ ਜਿਹੜੇ ਨੇ ਕੰਮ ਕਾਰਵਾਈ ਕੀਤੀ ਹੈ, ਜਿਹੜੇ ਵੀ ਇਹਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਜਿਹੜੀ ਵੀ ਸਖ਼ਤ ਤੋਂ ਸਖ਼ਤ ਕਰਵਾਈ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਂਦੀ ਹੈ। ਸਵਿੱਚ ਆਫ ਆ ਰਿਹਾ ਫੋਨ, ਤਾਂ ਅਸੀਂ ਮੈਂ ਫੋਨ ਬੋਲ ਕਰੇ ਫੋਨ ਸਵਿੱਚ ਆਫ ਆ ਰਿਹਾ, ਰਾਤ ਦਾ ਸਾਰਾ ਦਿਨ ਲੰਘ ਕੱਲ੍ਹ ਅਤੇ ਤੀਜੀ ਦਿਨ ਨੂੰ ਮੈਂ ਸੱਸ ਸਹੁਰੇ ਨੂੰ ਫੋਨ ਦਿੱਤਾ ਮਾਸਟਰ ਜੀ ਨੂੰ, ਮੈਂ ਮਾਸਟਰ ਜੀ ਮੇਰੀ ਦੀਆਂ ਗੱਲ ਕਰਾ ਦਿਓ, ਮੈਂ ਬਾਹਰ ਗਿਆ ਖੇਤ 'ਤੇ ਗੱਲ ਕਰਾ ਦੂੰਗਾ ਜਾ ਕੇ, ਅਤੇ ਸ਼ਾਮ ਨੂੰ ਮੈਂ ਪਟਿਆਲੇ ਤੋਂ ਆਪਣਾ ਵਾਪਸ ਆਇਆ ਸੀ ਖਾਲਸਾ ਕਾਲਜ ਦੇ ਸਟੂਡੈਂਟ, ਅਤੇ ਮੈਂ ਸਿੱਧਾ ਦੀਦੀ ਕੋਲ ਚੱਲਿਆ, ਘਰ ਨਹੀਂ ਆਇਆ ਆਪਣੇ, ਸਿੱਧਾ ਭੈਣ ਕੋਲ ਜਾ ਕੇ ਅੰਦਰ ਗਿਆ, ਮੇਰੀ ਭੈਣ ਦਾ ਪੂਰਾ ਹਾਲ ਕੁੱਟੋਟਾ ਨਹੀਂ ਪੂਰਾ ਹਾਲ ਪਾਇਆ ਹੋਇਆ ਸੀ ਕੁੱਟੋਟਾ, ਅਤੇ ਜਦੋਂ ਮੈਂ ਉਹ ਦੀਦੀ ਨੂੰ ਲੈ ਕੇ ਜਾਣ ਲੱਗਿਆ, ਮੈਂ ਦੀਦੀ ਚੱਲ ਮੈਂ ਬੱਚੇ ਨੂੰ ਭਾਂਜੇ ਭਾਂਜੇ ਲੈਣ ਚੱਲੇ ਲੈ ਕੇ ਚੱਲੇ ਥੋੜ੍ਹੇ ਥੋੜ੍ਹੇ ਭਾਂਜੇ ਭਾਂਜੇ ਨੇ ਅਤੇ ਲੈ ਕੇ ਜਾਣ ਲੱਗਿਆ, ਉਹਨਾਂ ਨੇ ਸੁਪਰੇ ਨੇ ਮੈਨੂੰ ਕੁੱਟਿਆ ਮਾਰਿਆ ਅਤੇ ਉਹ ਬਾਹਰ ਕੱਢਤਾ ਮੈਨੂੰ ਕੁੱਟ ਮਾਰਿਆ, ਮੇਰੀ ਭੈਣ ਤੁੱਕਾ ਮਾਰ ਕੇ ਅੰਦਰ ਲੋਕ ਕਰਾ ਕੇ ਰੱਖ ਲਿਆ, ਅਤੇ ਮੈਂ ਪਿੰਡ ਤੋਂ ਬਾਹਰ ਆ ਕੇ ਪੁਲਿਸ ਲਾਈਨ ਵੂਮੈਨ ਪੁਲਿਸ ਲਾਈਨ ਹੈਲਪ ਲਿੱਤੀ ਉਹਨਾਂ ਦੀ, ਅਤੇ ਮੈਂ ਰਿਸ਼ਤੇਦਾਰਾਂ ਨੂੰ ਦਿੱਤਾ, ਰਿਸ਼ਤੇ ਮੇਰੇ ਤਾਏ ਜੀ ਜੋ ਹਰਜੀਤ ਸਿੰਘ ਨੇ ਜਿਹਨਾਂ ਦੀ ਫਾਇਰਿੰਗ ਵਿੱਚ ਡੈਥ ਹੋ ਗਈ, ਇਹਨਾਂ ਨੇ ਅਸਲ ਜਦੋਂ ਆਏ ਅਸੀਂ ਤਾਈ ਜੀ ਅਸੀਂ ਮੁਲਾਜ਼ਮ ਅੰਦਰ ਗਏ ਜੀ, ਉਹਨਾਂ ਨੇ ਧੱਕਾ ਧੁੱਕਾ ਮਾਰ ਕੇ ਤਾਈ ਦੇ ਫਾਇਰ ਕਰਤੇ ਜੀ। ਕਿੰਨੇ ਫਾਇਰ ਮਾਰੇ ਨੇ ਉਹਨਾਂ ਨੇ? ਤਕਰੀਬਨ ਤਿੰਨ ਕੁ ਮਾਰੇ, ਦੋ ਤਿੰਨ। ਕੌਣ ਕਿਹਨਾਂ ਕਿਹਨਾਂ ਨੇ ਮਾਰੇ ਨੇ ਉਹ ਕੀ ਲੱਗਦਾ? ਉਹ ਮੇਰੇ ਔਲਾਦ ਨੇ, ਸਾਡੇ ਪ੍ਰਾਹੁਣਾ ਔਲਾਦ ਨੇ ਕੁਲਦੀਪ ਸਿੰਘ ਜੀ ਅਤੇ ਅਵਤਾਰ ਸਿੰਘ ਦੇ ਸੱਸ ਨੂੰ, ਉਹਨਾਂ ਨੇ ਕਮ ਸੇ ਕਮ ਉਹਨਾਂ ਨੇ ਹਰਬਾਜ਼ੇ ਨਹੀਂ ਦਿੱਤੀਆਂ ਵੀ ਇਹ ਤਾਇਆ ਥੋੜ੍ਹਾ ਜ਼ਿਆਦਾ ਹੁੰਦਾ ਹਰੇਕ ਕੰਮ 'ਚ, ਪਹਿਲਾਂ ਵੀ ਤਿੰਨ ਚਾਰ ਵਾਰੀ ਸਾਡੇ ਸਮਝੌਤੇ ਫਣੇ ਦੰਦਰਾ ਢੀਂਸ ਚੌਂਕੀ ਲਿਖਤੀ ਕੰਮ ਹੋਇਆ ਪਿਆ, ਕੁੱਟ ਮਾਰਨਾ ਹੋਵੇ ਤਿੰਨ ਮਹੀਨੇ ਹੋਣੇ ਚਾਰ ਮਹੀਨੇ ਉਹੀ ਕੰਮ, ਫਿਰ ਕੁੱਟ ਮਾਰ। ਮੰਗਦੇ ਕੀ ਸੀ? ਮੰਗਦੇ ਦਹੇਜ ਮੰਗੀ ਜਾਂਦੇ ਸੀ ਵਾਰ ਵਾਰ ਹੀ, ਕੁਛ ਲੈ ਕੇ ਨਹੀਂ ਆਏ ਪੈਸੇ ਦਿਓ ਸਾਨੂੰ, ਮੇਰੇ ਡੈਡੀ ਹੁੰਦੇ ਸੀ ਜਦੋਂ। ਕਿੰਨੇ ਪੈਸੇ ਮੰਗਦੇ ਸੀ? 5 ਲੱਖ ਰੁਪਏ ਮੰਗਦੇ ਸੀ ਜੀ। ਕਿੰਨੇ ਸਾਲ ਹੋ ਗਏ ਆਪਣੀ ਗੁੜੀਆ ਨੂੰ? 7 ਸਾਲ ਹੋਏ ਨੇ। ਬੱਚੇ 2 ਨੇ, 1 3 ਸਾਲ ਦਾ ਬੇਟਾ ਜੀ, 6 ਸਾਲ ਦੀ ਗੁੜੀ ਆ। ਪਹਿਲਾਂ ਵੀ ਅਕਸਰ ਵੀ ਤੰਗ ਪਰੇਸ਼ਾਨ ਕਰਦੇ ਸੀ? ਪਹਿਲਾਂ ਵੀ ਤੰਗ ਕੀਤਾ, ਪਹਿਲਾਂ ਕੁੱਟ ਮਾਰ ਪੋਤ ਹੋਈ ਸਮਝੌਤੇ ਪੰਚਾਇਤ ਪੰਚੂਚੇ, ਤੇ ਹੁਣ ਕੇ 4 ਮਹੀਨੇ ਦੰਦਰਾਲੇ ਚ ਲਿਖਤੀ ਕੰਮ ਹੋਇਆ ਸੀ ਸਾਰਾ ਕੁਛ। ਇਨਫੋਰਮੇਸ਼ਨ ਆਈ ਸੀ ਵੀ ਮੁੰਗੂ ਪਿੰਡ ਦੇ ਵਿੱਚ ਇੱਕ ਹਰਜੀਤ ਸਿੰਘ ਨਾਮ ਦੇ ਵਿਅਕਤੀ ਦਾ ਕਤਲ ਹੋ ਗਿਆ। ਜਦੋਂ ਅਸੀਂ ਮੌਕੇ 'ਤੇ ਪਹੁੰਚੇ ਤਾਂ ਪਤਾ ਲੱਗਿਆ ਵੀ ਇਹ ਹਰਜੀਤ ਸਿੰਘ ਦਾ ਗੋਲੀਆਂ ਮਾਰ ਕੇ ਕੁਲਦੀਪ ਸਿੰਘ ਨਾਂ ਦੇ ਵਿਅਕਤੀ ਨੇ ਕਤਲ ਕਰ ਦਿੱਤਾ, ਜਿਹਦੇ 'ਤੇ ਅਸੀਂ ਮੁਕੱਦਮਾ ਨੰਬਰ 108 ਥਾਣਾ ਭਾਦਸੋਂ ਅਧੀਨ ਧਾਰਾ 302-307 ਆਮਦ ਐਕਟ ਦਰਜ ਕਰ ਲਿਆ, ਤਫਤੀਸ਼ ਜਾਰੀ ਹੈ ਜੀ, ਰੇਡ ਪਾਰਟੀਆਂ ਭੇਜੀਆਂ ਹੋਈਆਂ ਨੇ। ਕਾਰਨ ਇਹ ਹੈ ਵੀ ਜਿਹੜੀ ਹਰਜੀਤ ਸਿੰਘ ਦੀ ਭਤੀਜੀ ਸੀਗੀ ਉੱਥੇ ਵਿਆਹੀ ਹੋਈ ਸੀ ਮੁੰਗੂ ਪਿੰਡ, ਉਹਨੂੰ ਉਹਦਾ ਘਰਵਾਲਾ ਕੁੱਟਦਾ ਮਾਰਦਾ ਸੀ, ਇਹ ਜਦੋਂ ਆਪਣੀ ਲੜਕੀ ਨੂੰ ਉੱਥੋਂ ਲੈਣ ਗਏ ਕੱਲ੍ਹ ਫਿਰ ਤਕਰਾਰ ਹੋਈ, ਦੌਰਾਨੇ ਤਕਰਾਰ ਗੋਲੀ ਚੱਲ ਗਈ। ਉਹ ਹਾਲੇ ਪਤਾ ਲੱਗੂਗਾ ਜੀ ਅੱਗੇ ਤਫਤੀਸ਼ ਦੇ ਵਿੱਚ ਕੀ ਕਾਰਨ ਸੀ ਲੜਾਈ ਦਾ। ਵੈਸੇ ਵਿਆਹ ਹੋਏ 7 ਸਾਲ ਹੋ ਗਏ ਸੀ ਉਹਨਾਂ ਦੇ। ਉਹ ਹਾਂਜੀ, ਉਹ ਜਿਹੜੇ ਲੜਕੇ ਦੇ ਬਿਆਨਾਂ ਤੋਂ ਵੀ ਪਰਚਾ ਦਿੱਤਾ ਉਹਨੇ ਦੱਸਿਆ ਵੀ ਉਹਨਾਂ ਕੋਲ ਲਸੰਸੀ ਇੱਕ ਪਿਸਟਲ ਰਿਵੋਲਵਰ ਵੀ ਆ ਅਤੇ 12 ਬੋਰ ਵੀ ਆ। ਇਹ ਪਰਚਾ ਕੁਲਦੀਪ ਸਿੰਘ ਅਤੇ ਉਹਦੇ ਮਾਤਾ ਪਿਤਾ 'ਤੇ ਹੋਇਆ। ਕੁਲਦੀਪ ਸਿੰਘ ਉਹ ਲੜਕੀ ਦਾ ਹਸਬੈਂਡ ਆ ਜੀ, ਅਤੇ ਉਹਦੇ 7 ਸਹੁਰੇ 'ਤੇ ਹੋਇਆ। ਪਤਾ ਲੱਗਿਆ ਜੀ ਪਿੰਡ ਦੇ ਵਿੱਚੋਂ ਵੀ ਕਾਫੀ ਇਹਨਾਂ ਦਾ ਫੈਮਿਲੀ ਡਿਸਪਿਊਟ ਚੱਲਦਾ ਸੀਗਾ। 7 ਸਾਲ ਹੋ ਗਏ ਜੀ, 2 ਬੱਚੇ ਇਹਨਾਂ ਦੇ। ਕਾਲੇ ਇਲਮ ਅਤੇ ਰੂਹਾਨੀ ਇਲਮ ਦੇ ਮਾਹਿਰ ਬਾਬਾ ਰਹਿਮਤ ਖਾਨ 2 ਘੰਟੇ 'ਚ ਕਰ ਬੈਠੇ ਸਮਾਧਾਨ। ਵਸ਼ੀਕਰਨ ਕਰਨਾ ਜਾਂ ਤੋੜਨਾ, ਪਿਆਰ ਵਿੱਚ ਧੋਖਾ, ਲਵ ਮੈਰਿਜ, ਪਤੀ ਪਤਨੀ ਵਿੱਚ ਅਣਬਣ, ਸੌਤਨ ਦੁਸ਼ਮਣ ਦਾ ਨਾਸ਼ ਅਤੇ ਲਾਟਰੀ ਨੰਬਰ ਦੇ ਮਾਹਿਰ ਬਾਬਾ ਰਹਿਮਤ ਖਾਨ, ਧੋਖਾ ਖਾਧੇ ਲੋਕ ਸਾਨੂੰ ਇੱਕ ਵਾਰ ਫੋਨ ਜ਼ਰੂਰ ਕਰੋ ਸੰਪਰਕ 7039998918।